ਹਾਂ ਜੀ, ਆਦਾਬ, ਨਮਸਤੇ ਤੇ ਸਤਿ ਸ੍ਰੀ ਅਕਾਲ ਜੀ। ਲਓ ਜੀ, ਪੰਜਾਬ ਦਾ ਗੱਭਰੂ ਆ ਗਿਆ ਜੀ, ਤੁਹਾਡਾ ਆਪਣਾ ਫੇਵਰਟ ਸ਼ੋਅ ਲੈ ਕੇ, ਜਿਹਦਾ ਨਾਮ ਹੈ ਜੀ ਦਿਲ ਖੋਲ ਕੇ ਬੋਲ। ਔਰ ਦਿਲ ਖੋਲ ਕੇ ਬੋਲ ਦੇ ਵਿੱਚ ਅੱਜ ਫੇਰ ਦਿਲ ਖੋਲ ਕੇ ਗੱਲਾਂ ਹੋਣਗੀਆਂ ਮੇਰੇ ਨਾਲ, ਯਾਨੀ ਕਿ ਸੰਜੀਵ ਅਤਰੀ ਦੇ ਨਾਲ। ਔਰ ਅੱਜ ਜਿਹੜੇ ਟੌਪਿਕ ਤੇ ਗੱਲਾਂ ਹੋਣਗੀਆਂ ਜੀ, ਉਹ ਮੈਂ ਤੁਹਾਨੂੰ ਦੱਸ ਦਵਾਂ ਜੀ। ਦੋਸਤੋ, ਅੱਜ ਦਾ ਟੌਪਿਕ ਇਹ ਹੈ ਕਿ ਜਿਸ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਹਰ ਇੱਕ ਇਨਸਾਨ ਨੂੰ ਉਹਦੀ ਲਾਈਫ ਦੇ ਵਿੱਚ ਗਿਫਟ ਜ਼ਰੂਰ ਮਿਲਦੇ ਆ, ਕਦੇ ਨਾ ਕਦੇ ਕੋਈ ਇੱਦਾਂ ਦਾ ਓਕੇਸ਼ਨ ਹੁੰਦਾ ਜਾਂ ਕੋਈ ਨਾ ਕੋਈ ਇੱਦਾਂ ਦੀ ਟਾਈਮ ਆਉਂਦਾ ਕਿ ਜਦੋਂ ਗਿਫਟ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਗਿਫਟ ਮਿਲਦਾ। ਅਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਇਹ ਹੈ ਕਿ ਕੋਈ ਇੱਦਾਂ ਦਾ ਗਿਫਟ ਕਦੇ ਤੁਹਾਨੂੰ ਮਿਲਿਆ ਹੋਵੇ ਜਿਹੜਾ ਤੁਹਾਡਾ ਅੱਜ ਤੱਕ ਦਾ ਯਾਦਗਾਰ ਗਿਫਟ ਹੋਏ ਕਿ ਯਾਰ ਇਹ ਮੇਰੀ ਲਾਈਫ ਦਾ ਸਭ ਤੋਂ ਪਿਆਰਾ ਗਿਫਟ ਸੀ, ਇਹ ਮੇਰੀ ਲਾਈਫ ਦਾ ਸਭ ਤੋਂ ਘੈਂਟ ਗਿਫਟ ਸੀ, ਯਾਰ ਇਹ ਮੇਰੇ ਦਿਲ ਦੇ ਸਭ ਤੋਂ ਕਰੀਬ ਆ, ਹੈ ਨਾ। ਅਤੇ ਕੋਈ ਇੱਦਾਂ ਦਾ ਗਿਫਟ ਜਿਹੜਾ ਤੁਹਾਨੂੰ ਅੱਜ ਤੱਕ ਦਾ ਜਿਹੜਾ ਯਾਦਗਾਰ ਗਿਫਟ ਰਿਹਾ ਹੋਵੇ, ਸੋ ਇਹੀ ਸਾਡਾ ਅੱਜ ਦਾ ਟੌਪਿਕ ਹੈ। ਅਤੇ ਦੋਸਤੋ, ਤੁਹਾਨੂੰ ਜਿੱਦਾਂ ਪਤਾ ਹੀ ਹੈ ਜੀ ਕਿ ਉਹ ਗਿਫਟ ਚਾਹੇ ਮਾਪਿਆਂ ਨੇ ਦਿੱਤਾ ਹੋਵੇ, ਚਾਹੇ ਦੋਸਤਾਂ ਨੇ ਦਿੱਤਾ ਹੋਵੇ, ਗਿਫਟ ਦੀ ਅਹਿਮੀਅਤ ਗਿਫਟ ਭਾਵੇਂ ਛੋਟੇ ਤੋਂ ਛੋਟਾ ਵੀ ਹੋਵੇ, ਲੇਕਿਨ ਉਹਦੀ ਜਿਹੜੀ ਇੰਪੋਰਟੈਂਸ ਆ ਉਹ ਇੱਕੋ ਜਿਹੀ ਹੁੰਦੀ ਆ, ਉਹ ਬਹੁਤ ਜ਼ਿਆਦਾ ਉਹਦੀ ਇੰਪੋਰਟੈਂਸ ਮਾਇਨੇ ਰੱਖਦੀ ਆ। ਸੋ ਜੀ, ਫਿਰ ਤੁਸੀਂ ਦੱਸਣਾ ਸਾਨੂੰ ਕਿ ਤੁਹਾਡਾ ਯਾਦਗਾਰ ਗਿਫਟ ਕਿਹੜਾ ਰਿਹਾ ਅੱਜ ਤੱਕ ਦਾ। ਸੋ ਚੁੱਕੋ ਫੋਨ ਤੇ ਮਿਲਾਓ ਨੰਬਰ ਤੇ। ਲਓ ਜੀ, ਫਿਰ ਹੁਣ ਅਸੀਂ ਗੱਲ ਕਰਾਂਗੇ ਆਪਣੇ ਪਹਿਲੇ ਕਾਲਰ ਦੇ ਨਾਲ। ਤੇ ਦੋਸਤੋ, ਜ਼ਰੂਰੀ ਨਹੀਂ ਕਿ ਤੁਹਾਨੂੰ ਗਿਫਟ ਮਿਲਿਆ, ਤੁਸੀਂ ਕਿਸੇ ਨੂੰ ਦਿੱਤਾ ਵੀ ਹੋਵੇ ਤੇ ਕਿ ਹਾਂ ਯਾਰ ਮੈਂ ਅੱਜ ਤੱਕ ਦਾ ਇਹ ਯਾਦਗਾਰੀ ਗਿਫਟ ਦਿੱਤਾ ਕਿਸੇ ਨੂੰ, ਤੇ ਉਹ ਵੀ ਤੁਸੀਂ ਸਾਨੂੰ ਦੱਸਣਾ। ਸੋ ਚੁੱਕੋ ਫੋਨ ਤੇ ਮਿਲਾਓ ਨੰਬਰ ਜੀ, ਗੱਲ ਕਰੋ ਮੇਰੇ ਨਾਲ ਤੇ ਮੈਨੂੰ ਦੱਸੋ ਜੀ ਕਿ ਕਿਹੜਾ ਯਾਦਗਾਰ ਗਿਫਟ ਤੁਸੀਂ ਕਿਸੇ ਨੂੰ ਦਿੱਤਾ ਜਾਂ ਕਿਸੇ ਕੋਲੋਂ ਲਿੱਤਾ। ਲਿੱਤਾ ਤੇ ਨਹੀਂ, ਮਤਲਬ ਕਿਸੇ ਨੇ ਤੁਹਾਨੂੰ ਦਿੱਤਾ। ਤੇ ਚਲੋ ਜੀ, ਆਪਣੇ ਪਹਿਲੇ ਕਾਲਰ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਜੀ ਕੀ ਕਹਿੰਦੇ ਨੇ। ਹੈਲੋ ਦੋਸਤੋ, ਮੈਂ ਇਸੇ ਸਭ ਤੋਂ ਪਿਆਰਾ ਦੋਸਤ ਬਣਾਇਆ ਹੈ ਜੀ ਪੰਜਾਬ ਔਰ ਸੰਜੀਵ ਅਤਰੀ ਜੀ ਆਪਕੋ। ਕਿਆ ਬਾਤ, ਰਿਸ਼ਤੋਂ ਕੀ ਭੀੜ ਸੇ ਚਰਾਇਆ ਹੈ ਆਪਕੋ, ਕਿਤੇ ਤੁਸੀਂ ਸਾਨੂੰ ਭੁੱਲ ਨਾ ਜਾਇਓ। ਇਸ ਲਈ ਅਸੀਂ 0 16 24 ਤੇ 252 411 ਤੋਂ ਨੰਬਰ ਡਾਇਲ ਕਰਕੇ ਯਾਦ ਦਿਲਾਇਆ ਹੈ ਆਪ। ਅਰੇ ਵਾਹ 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 ਵਾਹ, ਕਿਆ ਬਾਤ ਹੈ, ਕਿਆ ਬਾਤ। ਮੈਂ ਜੀ ਮਾਲਵੇ ਦੇ ਮਸ਼ਹੂਰ ਪਿੰਡ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਰੈਂਟੂ ਬੋਲ ਰਿਹਾ ਜੀ। ਕਿਆ ਬਾਤ ਹੈ ਜੀ ਇਕਬਾਲ ਜੀ, ਕੀ ਹਾਲ ਚਾਲ ਹੈ ਸਰ? ਐਨ ਬਹੁਤ ਮੈਂ ਖਿੜਿਆ ਰਹਿਣਾ ਹਮੇਸ਼ਾ, ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁੰਦਾ ਵੀ ਟੱਲੀ ਵਾਂਗੂ ਟਣਕਣਾ ਤੇ ਢੱਡ ਵਾਂਗੂ ਖੜਕਣਾ ਦੇ ਢੋਲੇ ਦੀਆਂ ਲਾਉਂਦਾ। ਆਏ ਹਾਏ, ਕਿਆ ਬਾਤ ਹੈ ਜੀ, ਢੋਲੇ ਦੀਆਂ ਲਾਉਣੀਆਂ ਚਾਹੀਦੀਆਂ ਜੀ। ਔਰ ਉਹ ਜਿਸ ਤਰ੍ਹਾਂ ਤੁਹਾਡਾ ਖੁਸ਼ ਮਿਜ਼ਾਜ ਜਿਹੜਾ ਤੁਹਾਡਾ ਬਿਹੇਵੀਅਰ ਹੈ ਇਹ ਵਧੀਆ ਹੁੰਦਾ ਜੀ, ਇਹੀ ਬੰਦੇ ਨੂੰ ਇਨਸਾਨ ਨੂੰ ਹਮੇਸ਼ਾ ਰੱਖਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ। ਬਿਲਕੁਲ ਬਿਲਕੁਲ, ਠੀਕ ਹੈ ਜੀ। ਤੇ ਇਕਬਾਲ ਜੀ, ਫਿਰ ਤੁਸੀਂ ਦੱਸੋ ਕਿ ਤੁਸੀਂ ਅੱਜ ਤੱਕ ਕਿਸੇ ਨੂੰ ਕੋਈ ਯਾਦਗਾਰ ਗਿਫਟ ਦਿੱਤਾ ਹੋਵੇ ਜੀ? ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕਹਿੰਦੇ ਹੁੰਦੇ ਨਾ, ਕਾਲੇ ਰੰਗ ਦਾ ਪਰਾਂਦਾ ਮੇਰੀ ਸੱਜਣਾ ਨੇ ਆਂਦਾ ਨੀ, ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਪੱਬਾਂ ਪਾਰ ਨੱਚਦੀ ਫਿਰਾਂ। ਕਿਉਂ, ਮੈਂ ਨਾ ਤੁਹਾਨੂੰ ਦੱਸਦਾ ਵੀ ਗਿਫਟ ਦਿੱਤੇ ਵੀ ਬਥੇਰੇ ਆ ਪਰ ਲਏ ਵੀ ਬਥੇਰੇ। ਅੱਛਾ ਜੀ, ਪਰ ਮੈਂ ਇੱਕ ਅਨੋਖੇ ਜੇ ਗਿਫਟ ਦੀ ਅੱਜ ਤੁਹਾਡੇ ਨਾਲ ਮੈਂ ਸਾਂਝ ਕਰੂੰਗਾ ਵੀ ਉਹ ਗਿਫਟ ਮੈਨੂੰ ਹਮੇਸ਼ਾ ਹੀ ਮਤਲਬ ਮੇਰੇ ਦਿਲ ਦੇ ਕਰੀਬ ਰਹਿੰਦਾ ਤੇ ਮੈਨੂੰ ਖੁਸ਼ੀ ਹੁੰਦੀ ਆ। ਵੱਡੀ ਗੱਲ ਕੀ ਹੁੰਦੀ ਆ ਖੁਸ਼ੀ, ਵੀ ਜਿਹੜੇ ਆਪਣੇ ਧੀਆਂ ਧਿਆਣਾ ਆਪਣੇ ਲੜਕੀਆਂ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਖੁਸ਼ੀ ਵੱਧ ਮਿਲਦੀ ਆ, ਕਿਉਂਕਿ ਆਪਾਂ ਥੋੜੀ ਜਿਹੀ ਇਹ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਆਪਾਂ ਪਾਸਾ ਵੱਟਦੇ ਹਾਂ ਹਾਲਾਤਾਂ ਨੂੰ ਦੇਖ ਕੇ, ਧੀਆਂ ਤੋਂ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਕੁੱਖਾਂ 'ਚ ਕਤਲ ਕਰ ਰਹੇ ਹਾਂ। ਜੀ ਜੀ ਜੀ, ਪਰ ਮੈਨੂੰ ਇਸ ਗੱਲ ਦੀ ਬਹੁਤ ਬੇਹੱਦ ਖੁਸ਼ੀ ਆ। ਮੈਂ ਜਦੋਂ ਵੀ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਨਾ 8ਵੀਂ ਕਲਾਸ 10ਵੀਂ ਕਲਾਸ ਤੇ 12ਵੀਂ 'ਚ ਮੇਰੀ ਬੇਟੀ ਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੈ, ਅਰੇ ਵਾਹ ਵਾਹ, ਇਹ ਮੇਰੇ ਲਈ ਏਡਾ ਵੱਡਾ ਗਿਫਟ ਹੈ। ਗਿਫਟ ਉਹ ਮੇਰੇ ਲਈ, ਦੇਖੋ ਬੱਚੇ ਪੋਜੀਸ਼ਨਾਂ ਸਭ ਦੇ ਹੀ ਹਾਸਲ ਕਰਦੇ ਆ, ਮੈਨੂੰ ਗਿਫਟ ਉਹ ਕਦੋਂ ਲੱਗਦਾ ਜਦੋਂ ਮੈਂ ਸਕੂਲ ਦੇ ਵਿੱਚ ਜਾਵਾਂ, ਐਲੀਮੈਂਟਰੀ 'ਚ ਜਾਵਾਂ, ਸੈਕੰਡਰੀ 'ਚ ਜਾਵਾਂ ਜਾਂ ਹਾਈ 'ਚ ਜਾਂਦਾ, ਉੱਥੇ ਬੋਰਡ ਲੱਗੇ ਆ ਜਿਹੜੇ ਉਹ ਆਪਦੀ ਰਿਪੋਰਟ ਲਿਖਦੇ ਆ ਸਾਲਾਂ ਦੀ, ਹਰੇਕ ਸਾਲ ਦੀ। ਜੀ ਜੀ, ਉਹਦੇ ਉੱਤੇ ਮੇਰੀ ਬੇਟੀ ਦਾ ਨਾਂ ਔਰ ਮੇਰਾ ਨਾਂ ਚਮਕਦਾ ਜਦੋਂ ਮੈਂ ਜਾਵਾਂ। ਹੁਣ ਵੀ ਮੈਂ ਸਕੂਲ ਜਾਵਾਂ ਨਾ, ਹੁਣ ਵੀ ਭਾਵੇਂ ਕਿ ਮੈਨੂੰ ਲੱਗਦਾ ਬੇਟੀ ਨੂੰ ਸਕੂਲ ਤੋਂ ਸੈਕੰਡਰੀ ਕੀਤੇ ਤੋਂ ਬਾਅਦ 'ਚ ਵੀ 5 ਸਾਲ ਬਾਹਰ ਪੜ੍ਹਦੀ ਨੂੰ ਹੋ ਗਏ, ਪਰ ਫਿਰ ਵੀ ਮੈਨੂੰ ਉਹ
ਉਹ ਮੇਰੀ ਯਾਦ, ਉਹ ਮੇਰੇ ਜ਼ਿਹਨ ਦੇ ਵਿੱਚ, ਉਹ ਮੈਨੂੰ ਖੁਸ਼ੀ ਜਿਹੜੀ ਲੜਕੀਆਂ ਤੋਂ, ਅਸੀਂ ਮੈਨੂੰ ਲੱਗਦਾ ਵੀ ਅਸੀਂ ਇਹ ਸਮਝਦੇ ਹੁੰਦੇ ਹਾਂ ਵੀ ਲੜਕੀਆਂ ਨੂੰ ਲੋਕ ਕੁੱਕ 'ਚ ਮਾਰਦੇ ਆ ਵੀ ਉਹਨਾਂ ਤੋਂ ਮਤਲਬ ਘਿਰਨਾ ਜੀ ਕਰਦੇ ਆ, ਪਰ ਮੈਨੂੰ ਬੇਹੱਦ ਉਹਦੇ ਨਾਲ ਮੇਰਾ ਸਹਿਰਾ ਜਿਹੜਾ ਉੱਚਾ ਹੋ ਜਾਂਦਾ ਉਹ। ਕਿਆ ਬਾਤ ਹੈ ਜੀ, ਇਹ ਗਿਫਟ ਇੱਕ ਮੇਰੇ ਲਈ ਇੱਕ ਅਨੋਖੀ ਕਿਸਮ ਦੀ ਮੇਰੇ ਲਈ ਖੁਸ਼ੀ ਆ, ਔਰ ਹਮੇਸ਼ਾ ਹੀ ਮੇਰੇ ਜ਼ਿਹਨ ਦੇ ਵਿੱਚ ਇਹ ਮਤਲਬ ਮੈਨੂੰ ਇਹ ਖੁਸ਼ੀਆਂ ਦਿੰਦੀ ਹੋਈ ਰਹਿੰਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਆ। ਔਰ ਇਕਬਾਲ ਜੀ, ਮੈਂ ਕਿਤੇ ਨਾ ਕਿਤੇ ਸੋਚਦਾ ਕਿ ਇਹ ਜਿਹੜੀ ਤੁਹਾਡੀ ਸੋਚ ਹੈ ਹੈ ਨਾ ਬੱਚਿਆਂ ਪ੍ਰਤੀ, ਲੜਕੀਆਂ ਪ੍ਰਤੀ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇੱਕ ਪਾਸੇ ਤੁਹਾਡੇ ਕੋਲ ਇੰਨੀ ਵਧੀਆ ਸੋਚ ਹੈ, ਇੱਕ ਪਾਸੇ ਉਹ ਵੀ ਲੋਕ ਨੇ ਜਿਹੜੇ ਕੁੱਖਾਂ 'ਚ ਕਤਲ ਕਰਾ ਦਿੰਦੇ ਨੇ ਹੈ ਨਾ ਬੇਟੀਆਂ ਨੂੰ, ਤੇ ਇਹ ਇੱਕ ਸੋਚ ਦਾ ਵੀ ਫਰਕ ਪੈਂਦਾ ਹੁਣ ਤੁਹਾਡੀ ਇੰਨੀ ਵਧੀਆ। ਸਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਹਮੇਸ਼ਾ ਚੰਗੇ ਮੀਡੀਆ ਦੇ ਨਾਲ ਜੁੜਿਆ, ਚੰਗੇ ਮੀਡੀਆ ਤੋਂ ਮੈਂ, ਜਿਵੇਂ ਮੈਂ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦੇ ਹਮੇਸ਼ਾ ਹੀ ਟੀਵੀ ਤੇ ਵਿਚਾਰ ਸੁਣਦਾ, ਪ੍ਰੋਗਰਾਮ ਅੱਛੇ ਅੱਛੇ ਪ੍ਰੋਗਰਾਮ ਦੇਖੀਦੀ ਆ ਵੀ ਜਿਹੜੇ ਘਰ ਪਰਿਵਾਰ 'ਚ ਬਹਿ ਕੇ ਦੇਖਣ ਵਾਲੇ, ਹਮੇਸ਼ਾ ਉੱਥੋਂ ਸਾਡੀ ਸੋਚ ਬਦਲੀ ਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਚਲੋ ਜੀ, ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਵੀ, ਚਲੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਜਦੋਂ ਸਾਡੇ ਕੁਝ ਚੰਗੀਆਂ ਗੱਲਾਂ ਦੇ ਨਾਲ ਜਦੋਂ ਲੋਕਾਂ ਨੂੰ ਆਪਣੀ ਸੋਚ ਬਦਲਣ ਦਾ ਮੌਕਾ ਮਿਲਦਾ, ਲੋਕ ਸੋਚ ਬਦਲਦੇ ਨੇ, ਸਾਨੂੰ ਓਨੀ ਖੁਸ਼ੀ ਹੁੰਦੀ ਹੈ। ਕਿਉਂਕਿ ਸਰ ਮੇਰੀ ਦੇਖੋ, ਮੈਂ ਆਰਥਿਕ ਪੱਖੋਂ ਬਾਹਲਾ ਵਧੀਆ ਨਹੀਂ ਸੀ, ਪਰ ਇਸ ਟਾਈਮ ਮੇਰੇ ਤੇ ਇੰਨੀ ਦਾਤੇ ਦੀ ਕਿਰਪਾ ਹੋਈ, ਅੱਜ ਮੇਰੀ ਬੇਟੀ ਪੰਜਾਬੀ ਯੂਨੀਵਰਸਿਟੀ 'ਚ MSc ਪ੍ਰੋਜੈਕਟ ਦੂਸਰੇ ਸਾਲ ਦੇ ਵਿੱਚ ਕਰ ਰਹੀ। ਅਰੇ ਵਾਹ ਵਾਹ, ਕੀ ਬਾਤ ਹੈ ਜੀ। ਇਸ ਕਰਕੇ ਮੈਨੂੰ ਉਹਦੇ ਤੇ ਬਹੁਤ ਮਾਣ ਆ ਔਰ ਬਹੁਤ ਮੁਬਾਰਕਬਾਦ ਆ, ਮੈਨੂੰ ਉਹਦਾ ਕੋਈ ਮਲੂਮ ਹੀ ਨਹੀਂ ਹੁੰਦਾ, ਮੈਨੂੰ ਤਾਂ ਐਂ ਲੱਗਦਾ ਵੀ ਮੇਰੀ ਬੇਟੀ ਫ੍ਰੀ ਜੇ ਕੀ ਪੜ੍ਹੀ ਜਾਂਦੀ ਆ। ਅਰੇ ਵਾਹ ਵਾਹ ਸਰ, ਸਾਡੀ ਵੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਇਸ ਚੀਜ਼ ਦੀ ਕਿ ਤੁਹਾਡੀ ਬੇਟੀ ਹਰ ਵਾਰ ਅੱਵਲ ਆਉਂਦੀ ਆ ਔਰ ਤੁਹਾਨੂੰ ਹਰ ਵਾਰ ਇੱਦਾਂ ਦਾ ਗਿਫਟ ਦਿੰਦੀ ਹੈ ਜਦੋਂ ਤੁਹਾਡਾ ਨਾਮ ਚਮਕਦਾ, ਤੇ ਸਾਡੀ ਦੁਆ ਇਹੀ ਹੈ ਕਿ ਇੱਦਾਂ ਹੀ ਉਹ ਤੁਹਾਡੇ ਨਾਮ ਚਮਕਾਉਂਦੇ ਰਹਿਣ ਔਰ ਤੁਹਾਨੂੰ ਇੱਦਾਂ ਦਾ ਯਾਦਗਾਰ ਗਿਫਟ ਦਿੰਦੇ ਰਹਿਣ। ਸ਼ੁਕਰੀਆ ਸਰ, ਪੰਜਾਬੀ ਦੀ ਸਾਰੀ ਟੀਮ ਦਾ ਮੈਂ ਬਹੁਤ ਬੇਹੱਦ ਰਿਣੀ ਹੈ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਸੋ ਮਚ। ਕੀ ਬਾਤ ਹੈ ਜੀ। ਚਲੋ ਜੀ, ਅਗਲੇ ਕਾਲਰ ਕੋ ਚਲੀਏ। ਹੈਲੋ 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 ਹੈਲੋ, ਚਲੋ ਜੀ ਅਗਲੇ ਕਾਲਰ ਕੋ ਚੱਲ ਜਾਂਦੇ ਫਿਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ ਜੀ, ਕੀ ਹਾਲ ਚਾਲ ਹੈ? ਵਧੀਆ ਜੀ, ਵਧੀਆ ਜੀ, ਕੀ ਹਾਲ ਚਾਲ ਨੇ ਮੈਮ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਕਰਨੀ ਸੀ, ਜਦੋਂ ਵੱਡ ਵੱਡ ਕਾਲ ਮਿਲ ਗਈ ਮੇਰੀ ਅੱਜ। ਵਾਹ ਜੀ ਵਾਹ, ਜਦੋਂ ਮੈਂ ਆਉਂਦਾ ਉਦੋਂ ਫਟਾਫਟ ਹੀ ਹੁੰਦੇ ਸਾਰੇ ਕੰਮ, ਮੈਂ ਤੇ ਫਟਾਫਟ ਮਿਲਾ ਲੈਂਦੀ ਤੁਹਾਡੇ ਨਾਲ ਜੇ ਗੱਲ ਕਰਨੀ ਹੋਵੇ। ਜੀ ਜੀ ਜੀ, ਹੋਰ ਕਿੱਦਾਂ, ਠੀਕ ਹੋ ਜੀ? ਸੇਤਾ ਹਾਂਜੀ ਹਾਂਜੀ ਠੀਕ ਹੈ ਜੀ, ਵਧੀਆ ਨੇ, ਆਲ ਗੁੱਡ ਨੇ ਸਭ ਜੀ, ਗੁੱਡ, ਘਰ ਪਰਿਵਾਰ ਸਭ ਠੀਕ ਠਾਕ? ਹਾਂਜੀ ਸਭ ਠੀਕ ਹੈ ਜੀ, ਵਧੀਆ ਜੀ। ਅੱਛਾ ਮੈਮ, ਤੁਸੀਂ ਦੱਸੋ ਫਿਰ ਸਾਨੂੰ ਕਿ ਤੁਹਾਨੂੰ ਅੱਜ ਤੱਕ ਦਾ ਯਾਦਗਾਰੀ ਗਿਫਟ ਕਿਹੜਾ ਮਿਲਿਆ ਜਾਂ ਤੁਸੀਂ ਕਿਸੇ ਨੂੰ ਯਾਦਗਾਰ ਗਿਫਟ ਦਿੱਤਾ? ਹਾਂਜੀ, ਸਭ ਤੋਂ ਪਹਿਲੇ ਤੇ ਗਿਫਟ ਸਾਡੇ ਮਾਤਾ ਪਿਤਾ, ਭੈਣ ਭਰਾ ਤੇ ਸਾਡੇ ਬੱਚੇ ਹਨ ਜਿਹੜੇ ਗੋਡ ਗਿਫਟ ਹਨ ਜੀ। ਉਸ ਤੋਂ ਬਾਅਦ ਗਿਫਟ ਜੋ ਸਾਨੂੰ ਮੈਨੂੰ ਰੱਬ ਨੇ ਦਿੱਤਾ, ਮੈਂ ਰੀਅਲੀ ਕਹਿ ਰਹੀ ਹਾਂ, ਬਿਲਕੁਲ ਸੱਚ ਕਹਿ ਰਹੀ ਹਾਂ, ਉਹ DK ਕੀਵੀ ਦਾ ਸ਼ੋਅ। ਅਰੇ ਵਾਹ, ਜਿਸ ਨੇ ਮੈਨੂੰ ਨਿਊ ਲਾਈਫ ਦਿੱਤੀ, ਇਹ ਮੇਰੇ ਵਾਸਤੇ ਗੋਡ ਗਿਫਟ ਹੀ ਹੈ। ਅਰੇ ਵਾਹ ਵਾਹ, ਸਾਰੀ ਟੀਮ, ਸਾਰੇ ਐਂਕਰ, ਸਾਰੇ ਟੀਮ ਦੇ ਜਿਹੜੇ ਮੈਂਬਰ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਸ ਨੇ ਮੈਨੂੰ ਇੰਨੀ ਖੁਸ਼ੀ ਦਿੱਤੀ, ਕਿਉਂਕਿ ਮੈਂ ਬਿਲਕੁਲ ਜਿਹੀ ਸੀ। ਇਹ ਸ਼ੋਅ ਦੇਖਣ ਤੋਂ ਬਾਅਦ 2 ਸਾਲ ਹੋ ਗਿਆ ਵੀ ਮੈਨੂੰ ਹੁਣ ਨਵਾਂ ਜੀਵਨ ਮਿਲਿਆ, ਸ਼ੋਅ ਵਗੈਰਾ ਮੈਂ ਸਕਦੀ ਜਿੱਥੇ ਵੀ ਜਾਵਾਂ। ਅਰੇ ਵਾਹ ਵਾਹ, ਕੀ ਬਾਤ ਹੈ, ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਜੀ ਪੰਜਾਬੀ ਨੇ ਦਿਲ ਖੋਲ ਕੇ ਬੋਲ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਯਾਦਗਾਰੀ, ਕਿ ਜਿਹਨੂੰ ਤੁਸੀਂ ਦੇਖਦੇ ਹੋ, ਤੁਸੀਂ ਹਮੇਸ਼ਾ ਯਾਦ ਵੀ ਕਰਦੇ ਹੋ, ਇਸ ਪ੍ਰੋਗਰਾਮ ਨਾਲ ਵੀ ਜੁੜੇ ਹੋ, ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦਾ। ਹਾਂਜੀ, ਇੱਕ ਮੈਨੂੰ ਉਹਨਾਂ ਨੇ ਪਿਆਰੇ ਪਿਆਰੇ ਬੱਚੇ ਦਿੱਤੇ ਜੋ ਮੇਰਾ ਬਹੁਤ ਰਿਗਾਰਡ ਕਰਦੇ ਹਨ, ਕਿਰਨਾ ਦੇਵੀ, ਸੁਰਿੰਦਰ ਕੌਰ ਵਰਗੀ ਭੈਣਾਂ ਦਿੱਤੀਆਂ, ਸਤਪਾਲ ਗਾਬਾ ਜੀ ਵਰਗੇ ਵੀਰ ਦਿੱਤੇ। ਕੀ ਬਾਤ, ਬਾਕੀ ਜੀ ਹਾਂਜੀ, ਜੇ ਦੁਨਿਆਵੀ ਗਿਫਟ ਦੀ ਮੈਂ ਗੱਲ ਕਰਾਂ ਤੇ ਮੈਨੂੰ ਇੱਕ ਡਾਇਰੀ ਤੇ ਪੈਨ ਲੈਣਾ ਬੜਾ ਅੱਛਾ ਲੱਗਦਾ ਹੈ। ਅਰੇ ਵਾਹ, ਚਲੋ ਜੀ ਵਧੀਆ। ਹਾਂਜੀ ਲਾਈਫ, ਹਾਂਜੀ ਬੇਟਾ, ਇੱਕ ਲਾਈਫ ਪੈਨ ਤੋਂ ਹੁੰਦੀ ਤੇ ਪੈਨ ਤੇ ਖਤਮ ਹੁੰਦੀ ਹੈ, ਡਾਇਰੀ ਪੈਨ ਤੋਂ ਸ਼ੁਰੂ ਹੁੰਦੀ ਹੈ, ਡਾਇਰੀ ਪੈਨ ਤੇ ਖਤਮ ਹੋ ਜਾਂਦੀ ਹੈ, ਡਾਇਰੀ ਪੈਨ ਤੋਂ। ਬਿਲਕੁਲ ਜੀ ਬਿਲਕੁਲ, ਕਲਮ ਇੱਕ ਬਹੁਤ ਵਧੀਆ ਵਾਕਈ ਗਿਫਟ ਹੁੰਦਾ ਹੈ,
ਕਿਉਂਕਿ ਜਿਹਦੇ ਨਾਲ ਤੁਸੀਂ ਆਪਣੇ ਜਜ਼ਬਾਤ ਕਾਗਜ਼ 'ਤੇ ਤੁਸੀਂ ਉਤਾਰ ਸਕਦੇ ਹੋ, ਆਪਣੇ ਦਿਲ ਦੀ ਗੱਲ ਤੁਸੀਂ ਆਪਣੇ ਕਾਗਜ਼ 'ਤੇ ਉਤਾਰ ਸਕਦੇ ਹੋ, ਬਹੁਤ ਵਧੀਆ ਹੁੰਦਾ। ਚਲੋ ਥੈਂਕ ਯੂ ਸੋ ਮਚ ਮੈਮ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਇਹਦੇ ਸ਼ੋਅ ਦੇ ਵਿੱਚ ਕਾਲ ਕਰਦੇ ਰਹਿਣਾ ਜੀ। ਚਲੋ ਜੀ ਅਗਲੇ ਕਾਲਰ ਕੋਲ ਚਲੀਏ। ਹੈਲੋ, ਹਾਂਜੀ ਹਾਂਜੀ ਹਾਂਜੀ, ਜੇ ਉਧਰੋਂ ਗੱਲ ਮੁੱਕ ਗਈ ਹੈ ਤਾਂ ਇੱਧਰ ਆ ਜਾਓ ਮਹਾਰਾਜ। ਇਹ ਹੈ ਹਮਾਰੇ ਵੋ ਕਾਲਰਸ ਜੋ ਟੀਵੀ ਪੇ ਆਵਾਜ਼ ਸੁਣਤੇ ਰਹਿਤੇ ਹੈਂ, ਹਮਾਰੇ ਸਾਥ ਬਾਤ ਨਹੀਂ ਕਰਤੇ। ਹੈਲੋ ਹੈਲੋ ਹੈਲੋ, ਦੇਖੋ ਜੀ ਮੈਨੂੰ ਤੁਹਾਨੂੰ ਵੀ ਪਤਾ ਕਿ ਬਹੁਤ ਮੁਸ਼ਕਲ ਨਾਲ ਕਾਲ ਲੱਗਦੀ ਹੈ, ਕਾਲਸ ਆ ਰਹੀਆਂ ਹੁੰਦੀਆਂ ਨੇ, ਅਤੇ ਜਦੋਂ ਤੁਹਾਡੀ ਕਾਲਸ ਲੱਗ ਜਾਂਦੀ ਹੈ, ਜਦੋਂ ਕਾਲ ਲੱਗ ਜਾਂਦੀ ਹੈ ਉਦੋਂ ਪਲੀਜ਼ ਗੱਲ ਕਰਿਆ ਕਰੋ। ਟੀਵੀ ਦੇ ਨੇੜੇ ਤੁਸੀਂ ਹੋ ਜਾਂਦੇ ਹੋ, ਟੀਵੀ ਦੀ ਆਵਾਜ਼ ਵੀ ਉਧਰੋਂ ਆਉਂਦੀ ਰਹਿੰਦੀ ਹੈ, ਇੱਧਰੋਂ ਸਾਡੀ ਆਵਾਜ਼ ਸੁਣਦੇ ਰਹਿੰਦੇ, ਆਪ ਤੁਸੀਂ ਬੋਲਦੇ ਨਹੀਂ, ਸੋ ਸਾਨੂੰ ਵੀ ਫਿਰ ਜਿਹੜੇ ਹੋਰ ਲਾਈਨ 'ਚ ਕਾਲਰਸ ਲੱਗੇ ਹੁੰਦੇ ਆ ਉਹ ਵਿਚਾਰੇ ਵੇਟ ਕਰਦੇ ਰਹਿੰਦੇ ਨੇ, ਸੋ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਅਗਲੇ ਕਾਲਰ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂ ਨਹੀਂ ਨਹੀਂ ਨਹੀਂ, ਮੈਂ ਵੀ ਠੀਕ ਹਾਂ, ਕੋਈ ਨਹੀਂ। ਇਹ ਦਾੜੀ ਵਾਲੀ ਮੈਮ ਕਿੱਥੋਂ ਦੇਖੀ ਤੁਹਾਨੂੰ, ਪਹਿਲੇ ਮੈਨੂੰ ਇਹ ਦੱਸੋ। ਅੱਗੇ ਦੀਦੀ ਨਾਲ ਗੱਲ ਹੁੰਦੀ ਸੀ ਤਾਂ। ਹਾਂਜੀ, ਮੈਂ ਕਿਹਾ ਅੱਗੇ ਰਿਦਮ ਦੀਦੀ ਨਾਲ ਗੱਲ ਹੁੰਦੀ ਸੀ। ਅੱਛਾ, ਅੱਗੇ ਰਿਦਮ ਦੀਦੀ ਨਾਲ ਗੱਲ ਹੁੰਦੀ ਹੈ, ਸੰਜੀਵ ਦੀਦੀ ਨਾਲ ਗੱਲ ਹੋਈ ਹੈ। ਹੈ, ਸੌਰੀ ਸਰ। ਚਲੋ ਠੀਕ ਹੈ, ਦੀਦੀ ਕਹਿਤਾ ਤੇ ਠੀਕ ਹੈ, ਫਿਰ ਮੈਮ ਹੁਣ ਕਹਿਤਾ। ਵੈਸੇ ਮੈਮ ਨੇ ਮੁੱਛਾਂ ਬਹੁਤ ਘੈਂਟ ਰੱਖੀਆਂ ਹੁਣ। ਹਾਂ, ਸਮਾਰਟ ਲੱਗਦੇ ਹੋ ਵੈਸੇ ਤੇ। ਮੈਂ ਹੈ ਹੀ ਸਮਾਰਟ ਹਾਂ ਜੀ, ਕੀ ਕਰਾਂ ਮੈਂ, ਦੀਦੀ ਜੀ ਹੈਗੀ ਹਾਂ ਮੈਂ। ਮੈਨੂੰ ਤੁਸੀਂ ਦੀਦੀ ਕਹਿ, ਗਲਤ ਗੱਲ ਕੀਤੀ ਹੈ ਤੁਸੀਂ। ਕਦੇ ਦੀਦੀ ਕਹਦੇ ਕਰਾਂਗੀ, ਕਦੇ ਭਈਆ ਕਹਦੇ ਕਰਾਂਗੀ, ਠੀਕ ਹੈ। ਨਹੀਂ 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 ਨਹੀਂ, ਭਈਆ ਤਾਂ ਕਹਿਣਾ ਹੀ ਨਹੀਂ ਨਾ, ਭਈਆ ਨਹੀਂ ਕਹਿਣਾ, ਦੀਦੀ ਬੇਸ਼ੱਕ ਕਹਿ ਲਓ, ਵੱਡੀ ਭੈਣ ਬਣਾ ਲਓ ਮੈਨੂੰ। ਓਕੇ ਠੀਕ ਹੈ, ਓਕੇ। ਹਾਂਜੀ ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਵੇਤਾ ਹੈ। ਸ਼ਵੇਤਾ ਕਿੱਥੋਂ ਬੋਲ ਰਹੇ ਹੋ? ਉਨਾ ਹਿਮਾਚਲ ਪ੍ਰਦੇਸ਼। ਉਨਾ ਹਿਮਾਚਲ ਪ੍ਰਦੇਸ਼ ਤੋਂ, ਕੀ ਕਰਦੇ ਹੋ ਸ਼ਵੇਤਾ ਤੁਸੀਂ? ਮੈਂ ਸਟੱਡੀ ਕਰਦੀ ਹਾਂ। ਸਟੱਡੀ ਕਰਦੇ ਹੋ, ਕਰਦੇ ਰਹਿੰਦੇ ਹੋ? ਹਾਂਜੀ। ਅੱਛਾ, ਕਿਹੜੀ ਕਲਾਸ ਸਟੱਡੀ ਕਰਦੇ? ਮੈਂ ਸੈਕਿੰਡ ਇਅਰ ਤੋਂ। ਸੈਕਿੰਡ ਇਅਰ ਦੇ ਵਿੱਚ ਹੋ ਤੇ ਸ਼ਵੇਤਾ, ਫਿਰ ਤੁਸੀਂ ਦੱਸੋ ਕਿ ਅੱਜ ਤੱਕ ਤੁਸੀਂ ਕਿਸੇ ਨੂੰ ਕੋਈ ਇਦਾਂ ਦਾ ਗਿਫਟ ਜਿਹੜਾ ਯਾਦਗਾਰੀ ਰਿਹਾ ਹੋਵੇ ਅਗਲੇ ਵਾਸਤੇ, ਤੇ ਜਾਂ ਤੁਹਾਨੂੰ ਕੋਈ ਇਦਾਂ ਦਾ ਗਿਫਟ ਮਿਲਿਆ ਹੋਵੇ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਮੇਰਾ ਲਾਈਫ ਦਾ ਸਭ ਤੋਂ ਪਿਆਰਾ ਗਿਫਟ ਹੈ? ਮੈਨੂੰ ਮੰਮਾ ਨੇ ਦਿੱਤਾ ਸੀ ਪਹਿਲੇ ਬਰਥਡੇ ਤੇ ਗਿਫਟ, ਡੋਲ। ਅਰੇ ਵਾਹ ਵਾਹ ਵਾਹ, ਫਸਟ ਬਰਥਡੇ ਤੇ ਤੁਹਾਨੂੰ ਡੋਲ ਮਿਲੀ ਸੀ? ਹਾਂਜੀ। ਤੇ ਉਹ ਤੁਸੀਂ ਸੰਭਾਲ ਕੇ ਰੱਖੀ ਆ ਅੱਜ ਜੀ? ਹਾਲੇ ਤੱਕ ਸੰਭਾਲ ਕੇ ਰੱਖੀ ਆ। ਬੜੇ ਪਿਆਰ ਨਾਲ? ਹਾਂਜੀ। ਪੂਰੀ ਉਹਦੀ ਸੇਵਾ ਪਾਣੀ ਕਰਦੇ ਹੋ? ਹਾਂਜੀ ਹਾਂਜੀ, ਬਿਲਕੁਲ, ਮੇਰੇ ਨਾਲ ਹੀ ਰਹਿੰਦੀ ਉਹ। ਤੁਹਾਡੇ ਨਾਲ ਹੀ ਰਹਿੰਦੀ ਹੈ? ਹੋਰ ਕੀ। ਵਾਹ ਜੀ ਵਾਹ, ਫੇਰ ਤਾਂ ਵੱਡੀ ਭੈਣ ਹੋਈ ਤੁਹਾਡੀ। ਹਾਂਜੀ। ਹਨਾ, ਉਹ ਉਹਨੂੰ ਕੀ ਕਹਿੰਦੇ ਹੁੰਦੇ, ਦੀਦੀ? ਨਹੀਂ, ਮੈਂ ਕਿਹਾ ਸ਼ਾਇਦ ਉਹਨੂੰ ਵੀ ਦੀਦੀ ਕਹਿੰਦੇ। ਨਹੀਂ, ਮੈਂ ਉਹਨੂੰ ਪਰੀ ਕਹਿੰਦੀ ਆ। ਕੀ ਕਹਿੰਦੇ ਹੋ? ਪਰੀ। ਅੱਛਾ, ਉਹਦਾ ਨਾਂ ਪਰੀ ਹੈ? ਹਾਂਜੀ। ਵਾਹ ਜੀ ਵਾਹ, ਪਰੀ ਪਾਇਆ ਹੈ ਨਾਂ ਉਹਦਾ। ਤੇ ਪਰੀ ਗੱਲਾਂ ਗੁੱਲਾਂ ਵੀ ਕਰਦੀ ਹੈ? ਨਹੀਂ ਨਹੀਂ ਕਰਦੀ ਨਾ। ਤੁਸੀਂ ਸੈੱਲ ਪਾ ਦਿਓ ਫਿਰ ਬੋਲਦੀ ਹੈ। ਹੈ, ਮੈਂ ਕਿਹਾ ਸੈੱਲ ਪਾ ਦਿਓ ਫਿਰ ਬੋਲਦੀ ਹੈ। ਸੈੱਲ ਪਾ ਦਿਓ ਫਿਰ ਬੋਲਦੀ ਹੈ, ਹੋਰ ਗਿਆ। ਇਹ ਚੰਗੀ ਦੀਦੀ ਹੈ ਬਈ, ਸੈੱਲਾਂ ਵਾਲੀ ਦੀਦੀ ਹੈ। ਹਾਂਜੀ, ਸੈੱਲਾਂ ਵਾਲੀ ਦੀਦੀ ਹੈ। ਚਲੋ ਠੀਕ ਹੈ ਜੀ, ਬਹੁਤ ਚੰਗੀ ਗੱਲ ਹੈ, ਤੁਹਾਡੇ ਮੰਮਾ ਨੇ ਤੁਹਾਡੀ ਫਸਟ ਬਰਥਡੇ 'ਤੇ ਜਿਹੜਾ ਤੁਹਾਨੂੰ ਗਿਫਟ ਦਿੱਤਾ, ਵਾਕਈ ਮਾਂ ਦਾ ਜਿਹੜਾ ਪਹਿਲਾ ਗਿਫਟ ਹੁੰਦਾ। ਵੈਸੇ ਤਾਂ ਮਾਂ ਇੰਨਾ ਕੁਛ ਕਰ ਲੈਂਦੀ ਹੈ ਆਪਣੇ ਬੱਚਿਆਂ ਲਈ ਕਿ ਉਹਦੀ ਹਰ ਇੱਕ ਚੀਜ਼ ਗਿਫਟ ਤੋਂ ਕਿਤੇ ਹੀ ਜ਼ਿਆਦਾ ਵੱਧ ਕੇ ਹੁੰਦੀ ਹੈ, ਪਰ ਫਿਰ ਵੀ ਇਹ ਇੰਨਾ ਪਿਆਰਾ ਜਿਹੜਾ ਤੋਹਫ਼ਾ ਉਹਨਾਂ ਨੇ ਤੁਹਾਨੂੰ ਦਿੱਤਾ, ਜਿਹਨੂੰ ਤੁਸੀਂ ਹਮੇਸ਼ਾ ਯਾਦ ਕਰਦੇ, ਆਪਣੇ ਨਾਲ ਰੱਖਦੇ ਹੋ। ਸਾਡੀ ਦੁਆ ਇਹ ਹੈ ਕਿ ਇੱਦਾਂ ਹੀ ਤੁਹਾਡਾ ਪਿਆਰ ਵੀ ਬਰਕਰਾਰ ਰਹੇ ਔਰ ਇੱਦਾਂ ਹੀ ਤੁਸੀਂ ਉਹਨੂੰ ਯਾਦ ਵੀ ਕਰਦੇ ਰਹੋ। ਥੈਂਕ ਯੂ ਸੋ ਮੱਚ ਜੀ। ਲਓ ਜੀ, ਟਾਈਮ ਆ ਗਿਆ ਜੀ ਹੁਣ ਆਪਣੇ ਦੋਸਤਾਂ ਨੂੰ ਗਿਫਟ ਦੇਣ ਦਾ, ਯਾਨੀ ਕਿ ਜਿਹੜੇ ਸਾਡੇ ਦੋਸਤ ਫੇਸਬੁੱਕ ਦੇ ਨਾਲ ਹੁੰਦੇ ਨੇ ਉਹਨਾਂ ਦਾ ਨਾਂ ਲੈਣ ਦਾ। ਇਹ ਨੇ ਸਾਡੇ ਨਾਲ ਰਮੇਸ਼ ਚੌਹਾਨ, ਰਾਜਾ ਐਮ ਜੱਸਲ, ਸੁਰਿੰਦਰ ਕੁੰਡਲ,
ਗੁਰਜੰਟ ਕਮਾਲੀਆ, ਇੰਜੀਨੀਅਰ ਕਾਲਰਾ, ਲਵਡ ਵੰਸ ਸ਼ਰਧਾ, ਹਰਵਿੰਦਰ ਸਿੰਘ, ਸਤਵਿੰਦਰ ਰਾਜਪਾਲ, ਅਰਸ਼ਪਿੰਦਰ, ਪ੍ਰਿਆ ਅਰੋੜਾ, ਪ੍ਰਿੰਸ ਰਾਜਪੂਤ, ਰਿਤੂ ਡੋਗਰਾ, ਪਲਕਾਰ ਧੰਜੂ ਧੰਜੂ, ਦੀਪ ਸਿੰਘ, ਹਰਵਿੰਦਰ ਢਿੱਲੋਂ, ਹਰਪਾਲ ਸਿੰਘ, ਰਣਜੀਤ ਸਿੰਘ ਅਤੇ ਸਾਹਿਬ ਮਨਜੀਤ। ਧੰਨਵਾਦ ਕਰਾਂਗੇ ਜੀ ਸਾਰਿਆਂ ਦਾ, ਇਹਨਾਂ ਦਾ, ਦੋਸਤਾਂ ਦਾ, ਜਿਹੜੇ ਇੰਨਾ ਪਿਆਰ ਕਰਦੇ ਨੇ ਔਰ ਫੇਸਬੁੱਕ 'ਤੇ ਜੁੜੇ ਰਹਿੰਦੇ ਨੇ। ਲਓ ਜੀ, ਵਕਤ ਆ ਗਿਆ ਹੁਣ ਇੱਕ ਵਧੀਆ ਜਿਹਾ ਗੀਤ ਦਾ, ਤੁਹਾਨੂੰ ਗੀਤ ਸੁਣਾਉਂਦੇ ਹਾਂ, ਇੱਕ ਘੈਂਟ ਜਿਹਾ, ਉਸ ਤੋਂ ਬਾਅਦ ਆਪਾਂ ਬ੍ਰੇਕ ਲਾਵਾਂਗੇ, ਬ੍ਰੇਕ ਤੋਂ ਬਾਅਦ ਫਿਰ ਸ਼ੋਅ ਦੇਵਾਂਗੇ। ਆ ਚੱਕੋ ਜੀ ਫਿਰ ਗੀਤ। ਤੇਰੇ ਲਈ ਮੈਂ ਸੋਹਣੀਏ ਨੀ ਖਿੱਚ ਲਈ ਤਿਆਰੀ ਆ, ਸੁੱਖ ਰੱਖੇ ਬਾਬਾ ਲਾਉਣੀ ਤੇਰੇ ਨਾਲ ਹੀ ਯਾਰੀ।